ਹੁਣ ਆ ਨਛੇੜੀ ਬੱਚਿਆਂ ਦੇ ਬੁੱਲਾਂ ਤੋਂ ਪਤਾ ਨਹੀਂ ਲੱਗ ਜਾਂਦਾ, ਕਾਲੇ ਬੁੱਲ ਹੋ ਜਾਂਦੇ ਨੇ, ਸੁੱਕ ਜਾਂਦੇ ਨੇ ਬੁੱਲ, ਨਛੇੜੀ ਬੱਚੇ ਦੇ ਬੁੱਲ ਇੱਦਾਂ ਹੀ ਹੋ ਜਾਂਦੇ। ਪਰਸੋਂ ਚੌਥੇ ਮੈਨੂੰ ਇੱਥੇ ਸਰਕਾਰਾਂ ਕਹਿੰਦੀਆਂ ਜੀ ਨਛਾਈ ਇੱਥੇ ਹੈ ਨਹੀਂ, ਅਖੇ ਜੀ ਐਵੇਂ ਪੰਜਾਬ ਨੂੰ ਬਦਨਾਮ ਕਰਦੇ ਨੇ, ਕਹਿੰਦੇ ਨੇ ਨਾ ਇੱਥੇ ਇੱਥੇ ਇੱਕ ਨੌਜਵਾਨ ਆਇਆ ਤੇ ਮੈਨੂੰ ਮਿਲ ਕੇ ਕਹਿਣ ਲੱਗਾ, ਕਹਿੰਦਾ ਜੀ ਅਰਦਾਸ ਕਰ ਦਿਓ। ਮੈਂ ਕਿਹਾ ਕੀ? ਜਾਂ ਮੇਰਾ ਨਸ਼ਾ ਛੁੱਟ ਜੇ ਜਾਂ ਮੇਰੀ ਜਿੰਦ ਛੁੱਟ ਜੇ, ਮੈਂ ਮਰ ਜਾਂ, ਕਹਿੰਦਾ ਮੈਂ ਇੰਨਾ ਦੁਖੀ। 18 ਸਾਲਾਂ ਦਾ ਜੇ ਹੋਇਆ ਨਹੀਂ, 18 ਦਾ ਹੋਇਆ ਨਹੀਂ। ਮੈਂ ਕਿਹਾ ਕਦੋਂ ਦਾ ਕਰਦਾ ਨਸ਼ਾ? ਕਹਿੰਦਾ 5 ਸਾਲ ਹੋ ਗਏ। 5 ਸਾਲ ਤੋਂ ਨਸ਼ਾ ਕਰਦਾ ਜਿਹੜਾ ਬੱਚਾ, ਜੇ 18 ਦਾ ਹੋਇਆ ਨਹੀਂ, 13-14 ਸਾਲ ਦਾ ਨਸ਼ੇ ਤੇ ਲੱਗਿਆ ਉਹ। ਤੇ ਮੈਂ ਉਹਨੂੰ ਪੁੱਛਿਆ ਪਟਿਆਲੇ ਦਾ ਹੀ ਹੈ, ਮੈਂ ਕਿਹਾ ਬਈ ਛੱਡਿਆ ਨਹੀਂ? ਕਹਿੰਦਾ ਕਈ ਵਾਰੀ ਛੱਡ ਛੁੱਟ ਦਿੰਦਾ, ਫਿਰ ਲੈ ਜਾਂਦੇ ਕੈਂਪਾਂ ਵਿੱਚ ਜਾ ਕੇ ਲਾਇਆ ਉਹਨਾਂ ਕੁਝ ਦਿਨ, ਫਿਰ ਉੱਦਾਂ ਹੀ ਹੋ ਜਾਂਦਾ। ਮੈਂ ਕਿਹਾ ਕਰਦਾ ਕਿਉਂ ਹੈ? ਕਹਿੰਦਾ ਸਾਡਾ ਮੁਹੱਲਾ ਸਾਰਾ ਹੀ ਕਰਦਾ ਹੈ, ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਹੀ ਕਰਦੇ ਨੇ ਨਸ਼ਾ। ਉਹ ਫਿਰ ਮੈਨੂੰ ਨਸ਼ਾ ਵਿਖਾ ਦਿੰਦੇ, ਮੈਂ ਫਿਰ ਉੱਧਰ ਨੂੰ ਤੁਰ ਪੈਂਦਾ ਤੇ ਉਹਦੇ ਬੁੱਲ ਕਾਲੇ ਹੋਏ ਪਏ। ਉਹਦੀ ਮਾਂ ਦੇ ਕਹਿਣ ਤੋਂ ਪਹਿਲਾਂ ਮੈਂ ਕਹਿਤਾ ਸੀ, ਮੈਂ ਕਿਹਾ ਨਸ਼ਾ ਲੱਗ ਗਿਆ। ਕਹਿੰਦਾ ਤੁਹਾਨੂੰ ਕਿਵੇਂ ਪਤਾ? ਮੈਂ ਕਿਹਾ ਤੇਰਾ ਮੂੰਹ ਦੱਸਦਾ ਹੈ, ਪਤਾ ਕਾਹਦਾ, ਹੋਰ ਅੰਤਰਜਾਮਤਾ ਤੇ ਨਹੀਂ ਆ ਗਈ? ਇੰਨਾ ਕੁ ਤੇ ਤਜਰਬਾ ਹੋ ਹੀ ਜਾਂਦਾ ਹੈ। ਮੈਂ ਇੱਕ ਨੂੰ ਉੱਪਰ ਮਿਲਣਾ ਇੱਕ ਜਣਾ ਤੇ ਉਹ ਕਿਸੇ ਨੇ ਡੱਬਾ ਦੇ ਦਿੱਤਾ, ਸਾਰੇ ਵੰਡ ਕੇ ਛਕਣ ਲੱਗੇ ਵੀ ਲਓ ਵੀ ਵੰਡ ਲਓ, ਤੇ ਵੰਡਣ ਲੱਗੇ ਤੇ ਉਹਦੇ ਇੱਦਾਂ ਹੱਥ ਕੀਤੇ ਤੇ ਉਹ ਮੈਨੂੰ, ਮੈਂ ਕਿਹਾ ਵੀ ਤੰਬਾਕੂ ਨਾ ਖਾਇਆ ਕਰ, ਜਰਦਾ ਨਾ ਖਾਇਆ ਕਰ। ਉਹ ਤੇ ਕਮਲਾ ਹੀ ਹੋ ਗਿਆ। ਕਹਿੰਦਾ ਜੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਂ ਤੰਬਾਕੂ ਖਾਂਦਾ? ਮੈਂ ਕਿਹਾ ਤੇਰੇ ਹੱਥ ਤੇ ਕਲੀ ਲੱਗੀ ਹੋਈ ਹੈ, ਬੂਝੜਾ ਧੋਤੇ ਨਹੀਂ ਹੱਥ ਤੂੰ ਚੰਗੀ ਤਰ੍ਹਾਂ, ਹੋਰ ਮੈਂ ਅੰਤਰਜਾਮੀ ਨਹੀਂ ਬਣ ਗਿਆ। ਤੇਰੇ ਹੱਥ ਤੇ ਕਲੀ ਲੱਗੀ ਹੋਈ ਹੈ, ਹੱਥ ਤੇ ਧੋ ਕੇ ਆਉਣਾ ਸੀ ਤੂੰ ਮੇਰੇ ਕੋਲ, ਹੱਥ ਤੇ ਕਲੀ ਲੱਗੀ ਹੋਈ ਹੈ ਤੇ ਮੈਂ ਅੰਤਰਜਾਮੀ ਥੋੜ੍ਹਾ ਬਣ ਗਿਆ? ਉਹ ਕਾਲੇ ਬੁੱਲ ਵੇਖ ਕੇ ਮੈਂ ਕਿਹਾ ਨਸ਼ਈ ਹੋ ਗਿਆ? ਕਹਿੰਦੇ ਹਾਂਜੀ। ਮੈਨੂੰ ਕਹਿੰਦਾ ਮੈਂ ਮਰ ਜਾਂ, ਕਹਿੰਦਾ ਮਰ ਜਾਂ, ਮੇਰੀ ਜਾਨ ਨਿਕਲ ਜੇ, ਕਹਿੰਦਾ ਮੈਨੂੰ ਜਾਨ ਨਹੀਂ ਚੰਗੀ ਲੱਗਦੀ ਹੁਣ, ਇੰਨਾ ਦੁਖੀ ਹਾਂ, ਕਹਿੰਦਾ ਮੈਂ ਇੰਨਾ ਦੁਖੀ ਹਾਂ। ਮੈਂ ਕਹਿੰਦਾ ਹੋ ਕੇ ਨਿਕਲਦੇ ਨੇ ਜਦੋਂ ਉਹਨਾਂ ਬੱਚਿਆਂ ਨੂੰ ਵੇਖਦੇ ਆ, ਅੱਜ ਜਵਾਨੀ ਰੁਲਦੀ, ਪੰਜਾਬ ਦਾ ਹਾਲ ਵੇਖੋ ਕੀ ਹੈ ਅੱਜ। ਬੱਚੇ ਪੈ, ਆਹ ਲਫ਼ਜ਼ ਕਹਿਣਾ ਪੈਣਾ, ਮਾਫ਼ ਕਰ ਦੇਣਾ, ਬੱਚੇ ਪੈਦਾ ਕਰਨ ਜੋਗੇ ਨਹੀਂ ਰਹੇ ਨਸ਼ੈੜੀ ਮੁੰਡੇ। ਇਹ ਆਉਣ ਵਾਲੀ ਪੀੜ੍ਹੀ, ਆਉਣ ਵਾਲੀ ਸਿੱਖ ਕੌਮ ਨੂੰ ਇਹਨਾਂ ਨੇ ਜਨਮ ਹੀ ਨਹੀਂ ਹੋਣ ਦਿੱਤਾ। ਨਸਲ ਕੁਸ਼ੀ, ਪਹਿਲਾਂ ਤੇ ਗੋਲੀਆਂ ਮਾਰ ਕੇ ਨਸਲ ਸਿੱਖਾਂ ਦੀ ਖਤਮ ਹੁੰਦੀ ਸੀ ਨਾ, ਪਹਿਲਾਂ ਤੇ ਸਾਹਮਣਿਓਂ ਗੋਲੀਆਂ ਮਾਰਨੀਆਂ ਪੈਂਦੀਆਂ ਸੀ, ਮਿਲਾਵਟਾਂ ਕਰਨੀਆਂ ਪੈਂਦੀਆਂ ਸੀ, ਬੜਾ ਕੁਝ ਹੋਇਆ ਹੈ। ਸ਼ਰੇਆਮ ਗੋਲੀਆਂ ਮਾਰ ਕੇ ਸਾਡੀ ਨਸਲ ਕੁਸ਼ੀ ਕੀਤੀ ਗਈ ਹੈ। ਕਦੇ ਇੱਕੇ ਦਿਨ ਹੀ ਹਮਲਾ ਕਰਕੇ 30,000 ਸਿੱਖ ਮਾਰਤੇ, ਅੱਧੀ ਕੌਮ ਰਹਿ ਗਈ ਸੀ ਵੱਡੇ ਘੱਲੂਕਾਰੇ ਵੇਲੇ। ਤੇ ਸੰਨ 84 ਤੋਂ ਬਾਅਦ 2 ਲੱਖ ਤੋਂ ਜ਼ਿਆਦਾ ਨੌਜਵਾਨ ਫੜ ਫੜ ਕੇ ਮਾਰੇ ਗਏ ਹੈ, ਨਸਲ ਕੁਸ਼ੀ ਕੀਤੀ ਸਿੱਖਾਂ ਦੀ। ਹੁਣ ਦੇ ਨੌਜਵਾਨ ਹੋ ਗਏ ਫਿਰ ਤਕੜੇ ਹੋ ਗਏ, ਹੁਣ ਸਾਡੇ ਵਿੱਚ ਪਲੈਨ ਨਾਲ ਨਸ਼ਾ ਵਾੜਿਆ ਏਜੰਸੀਆਂ ਨੇ। ਤੇ ਚੇਤਾ ਰੱਖੋ, ਆ ਲਫ਼ਜ਼ ਯਾਦ ਰੱਖਿਓ, ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਹੈ, ਨਸ਼ਾ ਦੇਸ਼ ਵਿੱਚ ਲਿਆਉਣ ਵਾਸਤੇ 2 ਬੰਦਿਆਂ ਦੀ ਲੋੜ ਪੈਂਦੀ ਹੈ। 2 ਬੰਦੇ ਚਾਹੀਦੇ ਹੁੰਦੇ ਨੇ ਏਜੰਸੀਆਂ ਨੂੰ ਜਿਨ੍ਹਾਂ ਨੇ ਨਸ਼ਾ ਲਿਆਉਣਾ ਪੰਜਾਬ। ਕੌਣ ਕੌਣ ਭਲਾ? ਇੱਕ ਭ੍ਰਿਸ਼ਟ ਆਫੀਸਰ ਚਾਹੀਦੇ ਨੇ,
ਇੱਕ ਚਾਹੀਦੇ ਹੁੰਦੇ ਨੇ ਵਕਾਊ ਲੀਡਰ। ਜੇ ਵਕਾਊ ਲੀਡਰ ਵੀ ਮਿਲ ਜੇ, ਵਕਾਊ ਲੀਡਰ ਵੀ ਮਿਲ ਜੇ, ਕੋਈ ਨਾ ਕੋਈ ਮੰਤਰਾਲੇ ਦੇ ਵਿੱਚੋਂ ਕੋਈ ਵਕਾਊ ਲੀਡਰ ਮਿਲ ਜੇ ਤੇ ਭ੍ਰਿਸ਼ਟ ਆਫੀਸਰ ਮਿਲ ਜੇ ਕੋਈ ਮਹਿਕਮੇ ਚੋਂ, ਬਸ ਫਿਰ ਏਜੰਸੀਆਂ ਇਹਨਾਂ ਨੂੰ ਆਪਣੇ ਹੱਥ ਥੋਕੇ ਬਣਾ ਲੈਂਦੀਆਂ ਨੇ। ਥਰੂ ਇਹਨਾਂ ਦੇ ਇਹਨਾਂ ਨੂੰ ਪੈਸਾ ਮਿਲ ਜਾਂਦਾ ਹੈ, ਉਹ ਏਜੰਸੀਆਂ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਜਾਂਦੀਆਂ ਨੇ ਤੇ ਪੰਜਾਬ ਨੂੰ ਗੋਲੀਆਂ ਮਾਰਨ ਦੀ ਲੋੜ ਹੀ ਨਹੀਂ ਪੈਂਦੀ, ਨਸ਼ੇ ਨਾਲ ਹੀ ਪੰਜਾਬੀ ਮਰ ਜਾਂਦੇ ਨੇ। ਤੇ ਚੇਤਾ ਰੱਖੋ, ਜਿਹੜਾ ਬੱਚਾ ਅੱਜ ਇਹ ਕਹਿ ਰਿਹਾ ਹੈ ਕਿ ਮੈਨੂੰ ਜਾਨ ਨਹੀਂ ਪਿਆਰੀ ਲੱਗਦੀ, ਮੈਂ ਮਰ ਜਾਣਾ ਹੈ, ਮੈਂ ਮਰ ਜਾਵਾਂ ਇਦੂ, ਤੇ ਇਹ ਕਹਿ ਰਿਹਾ ਹੈ, ਵੇਖੋ ਉਹਦੀ ਜ਼ਿੰਦਗੀ, ਤੇ ਬੱਚੇ ਪੈਦਾ ਕਰਨ ਜੋਗੇ ਰਹੇ ਨਹੀਂ, ਇਹ ਨਸਲ ਕੁਸ਼ੀ ਕਰਤੀ, ਪਹਿਲਾਂ ਮਾਰੇ ਗੋਲੀਆਂ ਨਾਲ, ਹੁਣ ਅੱਗੇ ਬੱਚੇ ਪੈਦਾ ਹੋਣੇ ਹੀ ਨਹੀਂ, ਅੱਗੇ ਸਿੱਖ ਪੈਦਾ ਹੋਣੇ ਹੀ ਨਹੀਂ, ਹੋਣਗੇ ਤੇ ਮਾਰਨੇ ਪੈਣਗੇ, ਪਰ ਸਿਸਟਮ ਹੀ ਇਦਾਂ ਦਾ ਬਣਾ ਦਿੱਤਾ, ਨਸ਼ੇ ਤੋਂ ਬਿਨਾਂ ਬਚ ਨਹੀਂ ਸਕਦੇ। ਲੜਕੀਆਂ ਨਸ਼ੇ ਕਰਦੀਆਂ ਨੇ, ਲੜਕੀਆਂ ਇੱਥੇ ਨਸ਼ੇ ਕਰ ਰਹੀਆਂ ਨੇ। ਇੱਥੇ ਪਟਿਆਲੇ ਦੀ ਮਾਤਾ ਇੱਕ ਹੋਰ ਮੈਨੂੰ ਪਿਛਲੇ ਐਤਵਾਰ ਮਿਲੀ ਸੀ, ਆ ਕਈ ਸੱਜਣ ਮੇਰੇ ਕੋਲ ਖੜੇ ਸੀ ਉਦਣ, ਉਹਨੇ ਮੈਨੂੰ ਕਿਹਾ ਸੀ, ਕਹਿੰਦੀ ਜੀ ਮੇਰਾ ਪੁੱਤ ਮੇਰੇ ਹੱਥੋਂ ਨਿਕਲ ਚੱਲਿਆ। ਮੈਨੂੰ ਕਹਿੰਦੀ ਬਾ ਮਾੜਾ ਮੋਟਾ ਘਰ ਆਉਂਦਾ, ਮੇਰਾ ਪੁੱਤ ਮੇਰੇ ਹੱਥੋਂ ਨਿਕਲ ਚੱਲਿਆ ਹੈ, ਅਤੇ ਮੈਂ ਅਰਦਾਸ ਇਹ ਕਰਾਉਣੀ ਹੈ। ਮੈਂ ਕਿਹਾ ਕੀ? ਕਹਿੰਦੀ ਜੀ ਮੈਂ ਤੁਹਾਡੇ ਨਾਲ ਗੱਲ ਇਹ ਕਰਨੀ ਹੈ ਵੀ ਹੁਣ ਅਰਦਾਸ ਕਰ ਦਿਓ। ਮੈਂ ਕਿਹਾ ਕੀ? ਵੀ ਮੇਰੀ ਗੋਦੀ 'ਚੋਂ ਨਿਕਲ ਜਾਏ, ਉਹ ਮਰ ਜਾਣਾ ਚਾਹੀਦਾ, ਮੇਰੀ ਗੋਦ ਸੁੰਨੀ ਹੋ ਜਾਏ, ਇੱਕੋ ਇੱਕ ਪੁੱਤ ਹੈ, ਜੇ ਚਾਹੋ ਤਾਂ ਮੈਂ ਮਿਲਾ ਸਕਦਾ। ਉਹ ਮਾਂ ਕਹਿੰਦੀ ਹੈ ਮੇਰਾ ਪੁੱਤ ਹੱਥੋਂ ਤੇ ਨਿਕਲ ਚੱਲਿਆ, ਬਸ ਹੁਣ ਇੱਦਾਂ ਅਰਦਾਸ ਕਰ ਦਿਓ ਵੀ ਮੇਰੀ ਗੋਦੀ 'ਚੋਂ ਵੀ ਨਿਕਲ ਜਾਏ, ਮੈਂ ਇੱਦਾਂ ਕਹਾਂਗੀ ਵੀ ਮੇਰਾ ਪੁੱਤ ਹੈ ਹੀ ਨਹੀਂ, ਰੋਜ਼ ਰੋਜ਼ ਦੇ ਮਰਨ ਨਾਲੋਂ ਇੱਕ ਵਾਰੀ ਮਰ ਜਾਏ। ਆਹ ਹਾਲ ਹੈ ਇੱਥੇ ਗਰਾਊਂਡ ਤੇ, ਆਹ ਹਾਲ ਹੈ ਇੱਥੇ। ਤੇ ਜੇ ਸਰਕਾਰ ਚਾਹੁੰਦੀ ਹੈ ਨਾ ਕਿ ਇੱਥੇ ਪੰਜਾਬ ਦਾ ਭਲਾ ਹੋਣਾ ਚਾਹੀਦਾ ਸੀ, ਇੱਥੇ ਆ ਕੇ ਕਹਿੰਦੇ ਗੁਰੂ ਦੇ ਪ੍ਰਚਾਰਕੋ ਥੋੜਾ ਬਹੁਤ ਹੀ ਧੰਨਵਾਦ ਹੈ, ਕੁਛ ਤੇ ਬਚਾਏ, ਆਖੋ ਸਤਨਾਮ, ਕੁਛ ਤੇ ਬਚਾਏ, ਚੱਲ ਦੋ ਚਾਰ ਦਸ ਮੈਂ ਕਹਿੰਦਾ ਥੋੜੇ ਹੀ ਸਹੀ, ਕਿਸੇ ਨੂੰ ਗੁਰੂ ਦੀ ਗੱਲ ਸੁਣਾਓ, ਬਚ ਜੇ ਕੋਈ ਵੀਰ ਭਰਾ ਸਾਡਾ, ਜਿਹੜੇ ਵੱਡੇ ਵੱਡੇ ਕੈਂਪਾਂ 'ਚ ਦਵਾਈਆਂ ਜਾ ਕੇ ਡਾਕਟਰਾਂ ਕੋਲ ਨਹੀਂ ਨਸ਼ੇ ਛੱਡ ਸਕਦੇ, ਸੰਗਤ ਵਿੱਚ ਆ ਕੇ ਕਈ ਬੰਦੇ ਵੇਖੇ ਨੇ ਮੈਂ, ਇੱਕਦਮ ਚੇਂਜ ਹੋ ਜਾਂਦੇ ਨੇ। ਤੇ ਚਾਹੀਦਾ ਸੀ ਧਰਮ ਨੂੰ ਪ੍ਰਮੋਟ ਕਰਦੇ, ਗੁਰਬਾਣੀ ਦੇ ਪ੍ਰਚਾਰ ਨੂੰ ਪ੍ਰਮੋਟ ਕਰਦੇ, ਜੇ ਇਹਨਾਂ ਦੇ ਅੰਦਰ ਦਰਦ ਹੁੰਦਾ ਪੰਜਾਬ ਨੂੰ ਬਚਾਉਣ ਦਾ। ਇਹ ਪੰਜਾਬ ਦਾ ਬੇੜਾ ਰੋੜਨ ਵਾਲਿਆਂ ਦੀ ਸਪੋਰਟ ਕਰਦੇ ਨੇ, ਪਖੰਡੀਆਂ ਦੀ ਸਪੋਰਟ ਕਰਦੇ ਨੇ, ਡੇਰੇਦਾਰਾਂ ਦੀ ਸਪੋਰਟ ਕਰਦੇ ਨੇ, ਤੇ ਪ੍ਰਚਾਰਕਾਂ ਤੇ ਗੋਲੀਆਂ ਚਲਾਉਂਦੇ ਨੇ। ਇਹ ਬੰਦੇ ਅੱਜ ਹਾਲ ਆ, ਪ੍ਰਚਾਰਕਾਂ ਤੇ ਗੋਲੀਆਂ ਚਲਾਉਣਗੇ ਤੇ ਪਖੰਡੀਆਂ ਦੇ ਪੈਰਾਂ 'ਚ ਜਾ ਕੇ ਬਹਿਣਗੇ, ਨਾਲੇ ਉਹਨਾਂ ਨੂੰ ਜ਼ਮੀਨਾਂ ਦੇਣਗੇ, ਨਾਲੇ ਪੈਸਾ ਦੇਣਗੇ, ਨਾਲੇ ਖੁੱਲ ਦੇਣਗੇ, ਜਿੱਥੇ ਮਰਜ਼ੀ ਡੇਰੇ ਬਣਾਓ ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਇਹ ਹਾਲ ਹੈ ਅੱਜ ਸਾਡਾ, ਅਸੀਂ ਜੀ ਪੰਥਕ ਹੁੰਦੇ ਹਾਂ, ਮਾਫ ਕਰਨਾ, ਕੋਈ ਨੀਲੀ ਚਿੱਟੀ ਪੀਲੀ ਪੱਗ ਬੰਨ੍ਹ ਕੇ ਪੰਥਕ ਨਹੀਂ ਹੋ ਜਾਂਦਾ, ਇਹ ਤਾਂ ਕਲਗੀਆਂ ਵਾਲਾ ਬਣਾਏ ਤਾਂ ਬਣਦਾ ਹੈ। ਪੰਥ 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 ਕੂਕਦੇ ਰਹੇ, ਬੇੜਾ ਰੋੜਤਾ ਪੰਥ ਦਾ,
ਜੋ ਹਾਲਾਤ ਅੱਜ ਹੈ ਇਦਾਂ ਦੇ ਕਦੇ ਨਹੀਂ ਬਣੇ। ਜੋ ਅੱਜ ਹਾਲਾਤ ਹੈ ਆਪੋ ਧਾਪੀਆਂ ਪਈਆਂ ਹੋਈਆਂ ਨੇ, ਇਹ ਕਦੀ ਹਾਲਾਤ ਨਹੀਂ ਬਣੇ ਪੰਜਾਬ ਦੇ। ਕਹਿਣਾ ਪੈਂਦਾ ਹੈ, ਕਵਾਂ ਕਿਉਂ ਨਾ, ਆ ਮਾਈਕ ਹੈ ਮੇਰੇ ਕੋਲ, ਮਾਫ ਕਰਨਾ, ਇਹ ਮੇਰਾ ਰੋਲ ਹੈ, ਇਹ ਮੇਰੀ ਡਿਊਟੀ ਹੈ, ਮਾਲਕ ਵਾਸਤੇ ਤਮਾਸ਼ਾ ਹੋਣਾ, ਪਰ ਮੇਰਾ ਇਹ ਫਰਜ਼ ਹੈ, ਮੇਰਾ ਇਹ ਫਰਜ਼ ਹੈ, ਮੈਨੂੰ ਨਿਭਾਉਣਾ ਪੈਣਾ ਹੈ ਫਰਜ਼, ਇਹਦੇ ਤੋਂ ਭੱਜਾਂਗਾ। ਮੇਰਾ ਨਿਤਨੇਮ ਕਰਨ ਦਾ ਬੋਲ ਦਿਓ, ਨਿਤਨੇਮ ਕਰਨ ਦਾ ਕੋਈ ਫਾਇਦਾ ਨਹੀਂ ਜੇ ਇਹਦੇ ਤੋਂ ਭੱਜਾਂਗਾ ਮੈਂ। ਫਿਰ ਲਾ ਦੇਗਾ ਤੂੰ ਰੰਗ ਪ੍ਰਚਾਰ ਕਰਕੇ, ਵਜਾ ਕੇ ਵਾਜੇ ਤੇ ਵਜਾ ਕੇ ਚਿਮਟੇ ਲਾ ਦੇਗਾ ਰੰਗ, ਕੱਖ ਨਹੀਂ ਸਵਾਰ ਸਕਦਾ ਤੂੰ। ਜਦੋਂ ਸਮੇਂ ਦਾ ਸੱਚ ਨਾ ਬੋਲਿਆ, ਕੀ ਕਿਹਾ ਮੈਂ, ਸਮੇਂ ਦਾ ਸੱਚ ਨਾ ਜੇ ਬੋਲਿਆ ਫਿਰ ਲਾਓਗੇ ਰੰਗ।